ਮੇਰੇ ਕੱਪੜੇ ਲਿਬੜ ਛੜੇ ਨਹੀਂ ਯਾਰ, ਇਹਦੀ ਪੁੱਛਲ ਨੇ ਯਾਰ, ਸਾਰੇ ਕੱਪੜੇ ਗੰਦੇ ਕਾਸ਼ੜੇ ਤੁਹਾਡਾ ਕਿਤੇ। ਰੋਟੀ ਦਾ ਆਖ ਤੈਨੂੰ ਰੋਟੀ ਲੋ ਕਿੰਨੇ ਮਨਾ ਕੀਤਾ। ਬਿਸਮਿਲ੍ਲਾ ਰਹਿਮਾਨ ਰਹਿਮ, ਅਸਲਾਮ ਵਾਲੇਕੁਮ। ਸੁਬਾ ਦਾ ਆਗਾਜ਼ ਬਿਹਤਰੀਨ, ਸੁਬਾ ਬਹਾਰ ਕਿਹਾ ਇੱਕ। ਪੂਰੀ ਰਾਤ ਸ਼ਦੀਦ ਬਾਰਿਸ਼ ਰਹੀ ਹੈ ਅਤੇ ਇਹ ਨਾਸ਼ਤਾ ਕਰਨੇ ਕਿ ਕੀ ਸੂਰਤ ਹਾਲ ਹੈ। ਆਹੋ ਉੱਥੇ ਬਾਹਰ ਰੱਖ ਦੇ, ਆਹ ਬਾਅਦ ਹੀ ਨਾਸ਼ਤਾ ਰੱਖ ਦੇ। ਪਲੈਨ ਕਹਿ ਰਿਹਾ ਕਿ ਬਈ ਹੁਣ ਮੈਂ ਪੈਸੇ ਜੋੜਨ ਲੱਗ ਗਿਆ। ਪੈਸੇ ਜੋੜ ਲਏ ਨੇ? ਕਿੰਨੇ? 2 ਲੱਖ। 2 ਲੱਖ ਰੁਪਇਆ ਜੋੜਿਆ ਕੀ? ਕਰੇਲਾ ਗੋਸ਼ਤ ਜਿਹਨੇ ਨਹੀਂ ਖਾਧਾ 100 ਬਿਸਮਿਲ੍ਲਾ। ਬੱਕਰਾ ਨਾਲ ਮੱਖਣ ਦੇ ਪਰਾਂਠੇ, ਦੇਸੀ ਘਿਓ ਦੇ, ਅਤੇ ਨਾਲ ਨਾ 3-4 ਗੁੱਜਰ। ਅਤੇ ਮੇਰੇ ਖਿਆਲ 'ਚ ਪਰੌਂਠੇ ਘੱਟ ਨਾ ਜਾਣ। ਅਤੇ ਇਸ ਵੇਲੇ ਦੇ ਪੀਜ਼ ਦੇ ਪੀਜ਼ ਵਾਲੇ ਦਿਨ ਤੋਂ ਚੱਲਾ ਆ ਆਪਣਾ ਲਾਹੌਰ ਵਿੱਚ, ਜਿਹੜਾ ਨਾ ਕਮਾਈਆਂ ਕਰਨ। ਚਲੋ ਜੀ, ਜਿਹੜਾ ਨਾਸ਼ਤਾ ਭੁੱਖ ਵਿੱਚ, ਭੁੱਖ ਲੱਗੀ ਹੈ। ਤੂੰ ਕੀ ਕਦੇ ਕਰਨਾ? ਇਹਨੂੰ ਗਾਈ ਨੂੰ ਪਾਉਣ ਵਾਸਤੇ ਲੈ ਲਿਆ ਨੂੰ। ਇਹ ਬੜੇ ਜ਼ੋਰਦਾਰ, ਮੈਨੂੰ ਪਤਾ ਹੈ ਆਪਣੇ ਅੱਬੇ ਤੇ ਗਿਆ, ਬੜੇ ਕਮਜ਼ੋਰ। ਅੱਛਾ ਇਹ ਬੱਕਰੇ, ਓਏ ਹੋਏ ਮਾਸ਼ਾਅੱਲਾ, ਦੇਖਾ ਬੱਕਰੇ ਤੇ ਵਾਹ ਵਾਹ ਤਗੜੇ ਨੇ। ਓਏ ਹਾਂਜੀ, ਚੱਲ ਮੈਂ ਚਾਹ ਪੀਨਾ। ਐ ਵੇਖ ਲੈ, ਲਿਬੜ ਛੜੇ ਨਹੀਂ ਯਾਰ, ਇਹਦੀ ਪੁੱਛਲ ਨੇ ਯਾਰ, ਸਾਰੇ ਕੱਪੜੇ ਗੰਦੇ ਕਾਸ਼ੜੇ ਤੁਹਾਡਾ ਕਿਤੇ। ਐ ਮੱਝਾਂ ਅਬਦੁੱਲਾ ਦੀਆਂ? ਆ ਸੈਨੇ ਕੀ ਬਣਾਇਆ ਤੂੰ? ਟਰਾਲੀ ਦਾ ਟਾਇਰ ਸਹੀ ਕਰ ਲਿਆ? ਤੇ ਇਹ ਪਿੱਛੇ ਕੀ ਲਾਇਆ? ਦਿਖਾ ਹੱਲਾਂ। ਇਹ ਕਿਹੜੀਆਂ ਹੱਲਾਂ ਨੇ ਯਾਰ? ਲੈ ਬਈ ਹੱਲਾਂ ਬੜੀਆਂ ਵਧੀਆ ਨੇ। ਤੇ ਇਹ ਕੀ ਬਣਾਇਆ? ਹੈਂ? ਸੁਹਾਗਾ ਕਾਹਦੇ ਵਾਸਤੇ ਇਸਤੇਮਾਲ ਹੁੰਦਾ? ਕੱਦੂ ਵਾਸਤੇ, ਜਿਹੜਾ ਕੱਦੂ ਪਕਾਉਂਦੇ ਨੇ। ਹਾਂ ਪੌਣੇ 2 ਲੱਖ ਦਾ ਖਰੀਦਿਆ ਤੇ ਵੇਚਣਾ ਕਿੰਨੇ ਦਾ? ਅੱਲਾ ਫੈਦ ਕਰੇ। ਨਹੀਂ ਭਾਵੇਂ ਬੁਲਾ ਹੀ ਬਾਈ, ਇਹ ਸਿਰਫ ਖਰੀਦਦਾ ਹੀ 2.5 ਲੱਖ ਦਾ ਬਾਈ, ਜਿਹੜਾ ਲਿਆ ਹੀ 2.5 ਲੱਖ ਦਾ ਹੈ। ਤੇ ਉਹ ਕਿੰਨੇ ਅਸਾਂ ਪਹਿਲੇ ਲਿਆ ਸੀ? ਹੈ ਭਾਅ ਇਹ ਵਾਲਾ ਵੱਛਾ ਨਾ? ਇੱਕ ਹੈ? ਨਹੀਂ ਨਹੀਂ ਇਹ ਵੱਛਾ ਹੈ ਬਾਈ, ਇਹ ਵੱਛੇ ਦਾ ਤੂੰ ਦੇਖ ਨਾ, ਇਹ ਵੱਛਾ ਹੈ ਮਹਿੰਗਾ। ਉਹ ਮਹਿੰਗਾ ਲੈਣ ਦਾ ਇਹ, ਇਹਦੀ ਕੀਮਤ ਹੈ 2 ਲੱਖ ਰੁਪਈਆ। ਇਹ ਵਿਕੇਗਾ? ਇਹ ਨਹੀਂ ਹੈ ਨੀ ਬੱਚੇ ਸੋਹਣੇ। ਇੰਨੇ ਇੰਨੇ ਟਰੈਕਟਰਾਂ ਦਾ ਕੰਮ ਹੈ ਸ਼ਕੂਲ, ਤੁਸੀਂ ਲਿਆ ਘਰ ਪੈਲੀ ਵਾਲੇ ਕੋਲੋਂ ਵੀ ਟਰੈਕਟਰ ਕੋਲ ਫਾਇਦਾ ਵੀ ਹੈ ਕਿ ਨਹੀਂ? ਉਹਦਾ ਫਾਇਦਾ ਹੈ ਯਾਰ, ਮਾਸ਼ਾਅੱਲਾ ਬਹੁਤ ਸੋਹਣਾ ਬੱਚਾ ਹੈ। ਜੈਸੇ ਕਿ ਗਾਓਂ ਮੈਂ ਯਕੀਨ ਮਾਨੇ ਪੇਟ ਜੋ ਹੈ ਕਾਫੀ ਜ਼ਿਆਦਾ ਬੜਾ ਹੋ ਗਿਆ, ਖਿਲਾ ਖਿਲਾ ਕੇ ਮਾਰ ਦਿਆ। ਅਭੀ ਮੈਨੇ ਸੁਬਹ ਕੇ ਨਾਸ਼ਤੇ ਕੇ ਬਾਅਦ, ਅਭੀ ਦੁਪਹਿਰ ਕੀ ਚਾਏ ਕੇ ਬਾਅਦ, ਦੁਪਹਿਰ ਵੀ ਨਹੀਂ ਹੋਈ ਉਹ, ਫਿਰ ਦੁਪਹਿਰ ਕਾ ਖਾਣਾ ਤਿਆਰ ਹੈ, ਦੁਪਹਿਰ ਕੇ ਬਾਅਦ ਰਾਤ ਕੇ ਬਿਰਿਆਨੀ ਵੀ ਤਿਆਰ ਹੋ ਰਹੀ ਹੈ। ਮੈਂ ਕਹਿੰਦਾ ਇੰਨੀ ਸੇਵਾ, ਅਲਹਮਦੁਲਿਲਾ ਅਲਹਮਦੁਲਿਲਾ। ਡਸਟਬਿਨ ਨਹੀਂ ਮਿਲ ਰਹੀ ਹੈ ਬਾਈ, ਨਾਬੀਆ ਨੇ ਲੇ ਜੋ ਜੂਸ ਖਾ ਕੇ ਡਸਟਬਿਨ ਢੂੰਡ ਰਹੀ ਹੈ। ਇਸ ਵਕਤ ਹਮ ਮੌਜੂਦ ਹੈ ਤਕਰੀਬਨ ਇਹ ਨਾਰੋਵਾ ਰੇਲਵੇ ਸਟੇਸ਼ਨ ਪੇ, ਪੂਰਾ ਸਟੇਸ਼ਨ ਘੁੰਮ ਲਿਆ, ਕਹੀਂ ਪਰ ਡਸਟਬਿਨ ਨਹੀਂ ਮਿਲੀ ਹੈ। ਲਿਹਾਜ਼ਾ ਇਹ ਜੋ ਨਾਬੀਆ ਹੈ ਨਾ, ਅਭੀ ਇਸਕੋ ਸਮਝ ਮੇਂ ਨਹੀਂ ਆ ਰਹੀ ਕਹਾਂ ਪੇ ਫੇਂਕਣਾ ਹੈ। ਨਾਬੀਆ ਕਹਾਂ ਪੇ ਫੇਂਕਣਾ ਹੈ? ਸਹੀ ਸਹੀ ਤੇ ਬਈ ਇਹ ਮਾਸ਼ਾਅੱਲਾ ਸ਼ਕੂਰ ਦਾ ਟਰੈਕਟਰ ਹੈ। ਉਹ ਸਪੀਕਰ ਚਾਚੇ ਭੱਪੂ ਵਾਲੇ ਨੇ ਆ ਗਏ, ਨਵਾਂ ਸਪੀਕਰ
चलिए चलो भाई शुकूर माशाल्लाह अपने ट्रैक्टर नु ज्यादा बन कस लिया जिथो बनना कसना ही ते लिहाजा हुण अहीं चले आं लाहौर नु हुण चले अहीं लाहौर नु ते लाहौर जाके ते नाश्ता जो मैं सवेरे सवेरे कर लिया क्योंकि सवेरे सवेरे हर जगह की मोबाइल कट के वीडियो बनाने सारे जेडे ना पिंडा दे लोकी फिर आए ते ओह कहंदे पता नहीं की शै है ते ओह मैं नाश्ता बड़ा वी आई पी दा ढिड मेरा मैं कहना पिछली रोटी हजम नहीं अगली फेज विच तुन्नो ते हुण घर जाके कोई 8 घंटे की भुख बर्दाश्त करनी ते ढिड सैट होएगा। अज तक के लिए इतना ही काफ़ी। अपना अपने दोस्तों का ख्याल रखे। अल्लाह हाफिज़।